ਮੈਂ ਮਲੇਰਕੋਟਲੇ ਤੋਂ ਸ਼ੇਖ ਇਫਤਖਾਰ ਹੁਸੈਨ ਅਤੇ ਅੱਜ ਮੈਂ ਤੁਹਾਨੂੰ ਸੁਰਮੇਦਾਨੀਆਂ ਦੀ ਕਲੈਕਸ਼ਨ ਦਿਖਾ ਰਿਹਾ ਜਿਹੜੀਆਂ ਕਿ ਮੈਨੇ ਵੱਖ ਵੱਖ ਟਾਈਮ ਦੇ ਵਿੱਚ ਪੁਰਾਣੀਆਂ ਸੁਰਮੇਦਾਨੀਆਂ ਇਕੱਠੀਆਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਪਿੱਤਲ ਦੀਆਂ ਵੀ ਹੈ, ਤਾਂਬੇ ਦੀਆਂ ਵੀ ਹੈ ਔਰ ਨਿਕਲ ਵਾਲੀਆਂ ਵੀ ਹੈ। ਇਹ ਅਲੱਗ ਅਲੱਗ ਤਰ੍ਹਾਂ ਦੀਆਂ ਸੁਰਮੇਦਾਨੀਆਂ, ਅਲੱਗ ਅਲੱਗ ਸ਼ੇਪ ਦੀਆਂ ਸੁਰਮੇਦਾਨੀਆਂ ਨੇ ਔਰ ਇਹ ਲਗਭਗ ਜੀ ਕੋਈ 100 ਸਾਲ ਤੋਂ 150 ਸਾਲ ਤੱਕ ਪੁਰਾਣੀਆਂ ਸੁਰਮੇਦਾਨੀਆਂ ਨੇ ਔਰ ਇਹਨਾਂ ਦੇ ਵਿੱਚ ਉਸ ਵੇਲੇ 150 ਸਾਲ ਪਹਿਲਾਂ ਜਿਹੜਾ ਪਿੱਤਲ ਦੇ ਵਿੱਚ ਕਢਾਈ ਦਾ ਕੰਮ ਚੱਲਦਾ ਸੀਗਾ ਅਤੇ ਉਹ ਸਾਰੀਆਂ ਕਢਾਈ ਵਾਲੀਆਂ ਮੈਂਗੋ ਸ਼ੇਪ ਅੰਬ ਦੀ ਉਹਦੇ ਵਾਲੀਆਂ ਵੀ ਇਸ ਤਰ੍ਹਾਂ ਦੀਆਂ ਸੁਰਮੇਦਾਨੀਆਂ ਵੀ ਮੌਜੂਦ ਨੇ ਅਤੇ ਇਹਨਾਂ ਵਿੱਚ ਮੈਂ ਕੁਛ ਖਾਸ ਸੁਰਮੇਦਾਨੀਆਂ ਜਿਹੜੀਆਂ ਕਿ ਤੁਹਾਨੂੰ ਅਲੱਗ ਤੋਂ ਦਿਖਾਉਣੀਆਂ ਚਾਹੁੰਦਾ ਜਿਹਦੇ ਵਿੱਚ ਇਹ ਦੇਖੋ ਅਲੱਗ ਤੋਂ ਇਹਦੇ 'ਚ ਕਢਾਈ ਕੱਢੀ ਹੋਈ ਹੈ ਔਰ ਅੰਬ ਦੀ ਸ਼ਕਲ ਦੀ ਬਣੀ ਹੋਈ ਹੈ ਛੋਟੀ। ਇਹ ਸੁਰਮੇਦਾਨੀਆਂ ਸਫ਼ਰ ਦੇ ਵਿੱਚ ਵੀ ਨਾਲ ਲੈ ਕੇ ਜਾਂਦੇ ਸੀਗੇ ਜਾਂ ਆਪਣੇ ਜਿਵੇਂ ਅੱਜ ਕੱਲ੍ਹ ਕਿੱਟ ਚੱਲਦੀ ਹੈ ਪਰਸ ਦੇ ਵਿੱਚ ਰੱਖਦੇ ਸੀਗੇ, ਜਿੱਥੇ ਜ਼ਰੂਰਤ ਹੁੰਦੀ ਸੀ ਕੱਢ ਕੇ ਸੁਰਮੇ ਦਾ ਇਸਤੇਮਾਲ ਕਰ ਲੈਂਦੇ ਸੀਗੇ। ਅਤੇ ਇਹਨਾਂ ਦੇ ਨਾਲ ਨਾਲ ਚਾਂਦੀ ਦੀਆਂ ਸੁਰਮੇਦਾਨੀਆਂ, ਕੋਈ ਰੋਇਲ ਫੈਮਲੀਆਂ ਹੁੰਦੀਆਂ ਸੀ ਅਤੇ ਉਹਨਾਂ ਦੇ ਘੁੰਗਰੂ ਲੱਗੇ ਹੋਏ ਨੇ ਚਾਂਦੀ ਦੀਆਂ ਸੁਰਮੇਦਾਨੀਆਂ, ਉਹਨਾਂ ਦੇ ਬੜੇਪਨ ਦੀ ਨਿਸ਼ਾਨੀ ਹੁੰਦੀਆਂ ਸੀਗੀਆਂ ਇਹ। ਅਤੇ ਉਸ ਤੋਂ ਬਾਅਦ ਇੱਕ ਜ਼ਮਾਨਾ ਚੱਲਿਆ, ਫਿਰ ਅੰਗਰੇਜ਼ਾਂ ਦਾ ਦੌਰ ਆਇਆ। ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਇੱਕ ਸੁਰਮੇਦਾਨੀਆਂ ਇਹ ਵੀ ਆਈਆਂ ਨੇ ਜਿਸ ਤਰ੍ਹਾਂ ਐਡਵਰਡ 7 ਦਾ ਸਿੱਕਾ ਲੱਗਿਆ ਹੋਇਆ ਔਰ ਦੋਨੀ ਸਾਈਡਾਂ 'ਚ ਇਹਦੇ ਸਿੱਕੇ ਲੱਗੇ ਹੋਏ ਨੇ ਔਰ ਉੱਪਰੋਂ ਉਹ ਸੁਰਮੇਦਾਨੀ ਹੈ। ਐਡਵਰਡ 7 ਤੋਂ ਬਾਅਦ ਜੋਰਜ 5 ਦਾ ਟਾਈਮ ਆਇਆ, ਜੋਰਜ 5 ਦੇ ਟਾਈਮ ਦੀ ਸੁਰਮੇਦਾਨੀ ਹੈ ਅਤੇ ਇਹ ਕਾਰੀਗਰਾਂ ਦੇ ਉਸ ਟਾਈਮ ਦੇ ਕਲਾ ਦੇ ਨਮੂਨੇ ਨੇ। ਅਤੇ ਇਹਨਾਂ ਤੋਂ ਇਲਾਵਾ ਇੱਕ ਹੋਰ ਤਰ੍ਹਾਂ ਦੀ ਦੇਖੋ, ਗਣੇਸ਼ ਜੀ ਦੀ ਮੂਰਤੀ ਬਣੀ ਹੋਈ ਹੈ ਔਰ ਦੇਖਣ 'ਚ ਇੱਕ ਫੁੱਲ ਲੱਗਦਾ ਇਹ, ਪਰ ਜਦ ਇਸ ਨੂੰ ਆਪਾਂ ਖੋਲ੍ਹਾਂਗੇ ਤਾਂ ਇਹ ਆਪਾਂ ਨੂੰ ਇਹਦਾ ਅਲੱਗ ਤੋਂ ਪਤਾ ਚੱਲੇਗਾ। ਇਹਨਾਂ 'ਚ ਸੁਰਮਾ ਸੰਧੂਰ ਜੋ ਮਰਜ਼ੀ ਰੱਖੋ, ਉਸ ਟਾਈਮ ਦਾ ਇਹ ਕਲਾ ਦਾ ਨਮੂਨਾ ਹੈ ਜੀ।